ਤੇ ਸਟਾਰਟ ਕਰੋ ਆਪਣੇ ਆਹਨ 2 ਦਿਨ ਹੋ ਗਏ ਆ ਆਪਣੀ ਮੰਗਾਂ ਲੈ ਕੇ ਧਰਨਾ ਲਾਏ ਦੇ ਨੂੰ। ਸਾਡੇ ਠੇਕੇਦਾਰ ਜਿਹੜੇ ਨੇ ਸਾਡੀ ਤਨਖਾਹਾਂ ਪੂਰੀਆਂ ਨਹੀਂ ਪਾਉਂਦੇ, ਦਿਹਾੜੀ ਸਾਨੂੰ ਪੂਰੀ ਨਹੀਂ ਦਿੰਦੇ, ਜਿੱਥੇ 8 ਘੰਟੇ ਦਾ ਕੰਮ ਹੁੰਦਾ ਸਾਡੇ ਕੋਲ 9 ਘੰਟੇ ਲੈ ਜਾਂਦੇ ਨੇ, ਪਰ ਸਾਨੂੰ ਫਿਰ ਵੀ ਪੂਰੀਆਂ ਨਹੀਂ ਦਿਹਾੜੀਆਂ ਪਾਈ ਜਾਂਦੀਆਂ। ਜਿੱਥੇ ਕਿ 431 ਰੁਪਏ ਦਿਹਾੜੀ ਹੈ, ਸਾਨੂੰ 365 ਰੁਪਏ ਪਾਈ ਜਾਂਦੇ ਨੇ। ਸਾਡੇ ਨਾਲ ਕੋਈ ਨਹੀਂ ਖੜਿਆ। ਗੁਲਸ਼ਨ ਭਾਈ ਸਾਡੇ ਨਾਲ ਅੱਜ 2 ਦਿਨ ਹੋਇਆ ਸਾਡੇ ਪਿੱਛੇ ਪਿੱਛੇ ਘੁੰਮਦੇ, ਉਹਨਾਂ ਨੂੰ ਸਾਡੇ ਕੰਮ ਨਾਲ ਹੋ ਕੇ ਕਰਾਉਂਦੇ ਆ। ਕੋਈ ਸਾਡੀ ਸਰਕਾਰ ਨੇ ਨਹੀਂ ਸੁਣੀ, ਕੋਈ ਠੇਕੇਦਾਰ ਨਹੀਂ ਸੁਣਦਾ ਪਿਆ, ਕੋਈ ਉਹਦੇ ਮੁਨਸ਼ੀ ਨਹੀਂ ਸੁਣਦੇ ਪਏ। ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ, ਜੋ ਸਾਡੀਆਂ ਮੰਗਾਂ ਆ ਸਾਡੇ ਕੋਲ ਰੱਖੀਆਂ ਜਾਣ, ਨਹੀਂ ਤਾਂ ਆਪਾਂ ਇਸ ਤੋਂ ਵੀ ਵੱਡੇ ਪੱਧਰ 'ਤੇ ਧਰਨਾ ਲਾਵਾਂਗੇ ਆਪਣੀ ਮੰਗਾਂ ਨੂੰ ਲੈ ਕੇ। ਬਸ ਜੀ, ਹਾਂਜੀ ਸਰ, ਅਸੀਂ ਸਾਰੇ ਮਮੂਨ ਕੈਂਟ 'ਚ ਕੰਮ ਕਰਦੇ ਹਾਂ ਜੀ, ਅਤੇ ਅਸੀਂ ਇੱਥੇ ਬਹੁਤ ਮਿਹਨਤ, ਸਾਡੇ ਕੋਲ ਪੂਰਾ ਟਾਈਮ ਕੰਮ ਕਰਵਾਇਆ ਜਾਂਦਾ ਹੈ, ਪੂਰਾ ਟਾਈਮ ਅਸੀਂ ਮਿਹਨਤ ਨਾਲ ਕੰਮ ਕਰਦੇ ਹਾਂ। ਜਿੰਨਾ ਅਸੀਂ ਕੰਮ ਕਰਦੇ ਹਾਂ ਉਹਦੇ ਹਿਸਾਬ ਨਾਲ ਸਾਨੂੰ ਸੈਲਰੀ ਨਹੀਂ ਦਿੱਤੀ ਜਾਂਦੀ। ਅਸੀਂ ਚਾਹੁੰਦੇ ਹਾਂ, ਸਾਡੀ ਮੰਗ ਇਹ ਹੈ ਕਿ ਸਾਡੀ ਜਿਹਦੀ ਸਾਡੀ ਸੈਲਰੀ ਬਣਦੀ ਹੈ ਪ੍ਰੋਪਰ ਸਾਨੂੰ ਉਹ ਦਿੱਤੀ ਜਾਏ। ਘੱਟ ਸੈਲਰੀ ਦੇਣ ਦੇ ਕਾਰਨ ਜਿਹੜਾ ਵੀ ਬੰਦਾ ਆਵਾਜ਼ ਚੱਕਦਾ ਹੈ ਉਸ ਨੂੰ ਉਹ ਡਰਾ ਧਮਕਾ ਕੇ ਥਾਣੇ ਦਾ ਪਰਚਾ ਦੇਣ 'ਤੇ ਡਰਾਉਂਦੇ ਨੇ, ਅਤੇ ਅਸੀਂ ਸਾਰਿਆਂ ਨੇ ਇਕੱਠ ਕਰਕੇ ਆਪਣੀ ਤਨਖਾਹ ਵਧਾਉਣ ਲਈ ਇਹ ਇਕੱਠ ਕੀਤਾ ਹੈ। 2 ਦਿਨਾਂ ਤੋਂ ਅਸੀਂ DC ਦਫ਼ਤਰ ਦੇ ਸਾਹਮਣੇ ਧਰਨਾ ਦੇ ਰਹੇ ਹਾਂ, ਅਤੇ ਅਗਰ ਸਾਡੀ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਫਿਰ ਹੋਰ ਵੀ ਇਸ ਇਕੱਠ ਨੂੰ ਵਧਾਵਾਂਗੇ ਅਤੇ ਇਹਨੂੰ ਅੱਗੇ ਲੈ ਕੇ ਜਾਵਾਂਗੇ। ਧੰਨਵਾਦ ਕਿ ਤੁਸੀਂ ਸਾਨੂੰ ਹਮੇਸ਼ਾ ਦੀ ਤਰ੍ਹਾਂ ਜਿਹੜੇ ਗਰੀਬਾਂ ਨਾਲ ਸੰਬੰਧਿਤ ਮੁੱਦੇ ਹੁੰਦੇ ਆ ਉਹਨਾਂ ਤੁਸੀਂ ਸਪੋਰਟ ਕਰਦੇ ਹੋ। ਸਾਥੀਓ, ਗੱਲ ਇੱਦਾਂ ਹੈ ਕਿ ਹਰ ਸਾਲ ਮਜ਼ਦੂਰ ਦੀ ਤਨਖਾਹ ਜਿਹੜੀ ਆ ਸਰਕਾਰ ਵਧਾਉਂਦੀ ਹੈ, ਭਾਰਤ ਸਰਕਾਰ ਵਧਾਉਂਦੀ ਹੈ। ਸਾਲ 'ਚ 2 ਵਾਰੀ ਵਧੀ ਹੈ, ਇੱਕ ਮਾਰਚ ਤੋਂ ਬਾਅਦ ਵਧੀ ਹੈ, ਇੱਕ ਸੈਪਟੰਬਰ 'ਚ ਵਧੀ ਹੈ। ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਨੌਜਵਾਨ ਸਾਥੀ ਸਾਡੇ ਜਿਹੜੇ ਸਟੇਸ਼ਨ ਹੈੱਡਕੁਆਰਟਰ ਨਾਲ ਜਿਹੜੀ ਲੇਬਰ ਜਿਹੜੀ ਜਾਂਦੀ ਹੈ ਅੰਦਰ, ਉਹਦੇ ਨਾਲ ਜੁੜੇ ਦੇ ਆ। ਕਈ ਲੋਕ ਤਾਂ ਇਹੋ ਜਿਹੇ ਆ ਜਿਹੜੇ 8-8, 9-9 ਸਾਲ ਤੋਂ ਜੁੜੇ ਦੇ ਆ। ਔਰ ਅਫਸੋਸ ਦੀ ਗੱਲ ਇਹ ਹੈ ਕਿ ਇਹਨਾਂ ਦੀ ਜਿਹੜੀ ਸੈਲਰੀ ਪਿੱਛੋਂ ਆ ਰਹੀ ਹੈ, ਭਾਰਤ ਸਰਕਾਰ ਜਿਹੜਾ ਇਹਨਾਂ ਨੂੰ ਸੈਲਰੀ ਦੇ ਰਹੀ ਹੈ 431 ਦੇ ਹਿਸਾਬ ਨਾਲ, ਜਿਹੜੇ ਸਾਰੇ ਘੱਟ ਘਟਾ ਕੇ ਜਿਹੜੇ ਇਹਨਾਂ ਦੀ 431 ਦੇ ਹਿਸਾਬ ਨਾਲ ਇਹਨਾਂ ਦੀ 11,200 ਸਮਥਿੰਗ ਦੀ ਤਨਖਾਹ ਬਣਦੀ ਹੈ। ਪਰ ਠੇਕੇਦਾਰ ਇਹਨਾਂ ਨਾਲ ਬਹੁਤ ਧੱਕਾ ਕਰ ਰਿਹਾ, ਔਰ ਅੱਜ ਦਾ ਨਹੀਂ ਕਰ ਰਿਹਾ, ਪਿਛਲੇ ਜੋ ਸਾਲ 1.5 ਸਾਲ ਤੋਂ ਜਦੋਂ ਦਾ ਕੰਮ ਚੱਲਦਾ ਉਹਦਾ ਲਗਾਤਾਰ ਕੰਟਰੈਕਟ ਜਿਹੜਾ ਇਹਨਾਂ ਨਾਲ ਧੱਕਾ ਕਰ ਰਿਹਾ। ਇਹਨਾਂ ਨੂੰ ਸੈਲਰੀ ਦੇ ਰਿਹਾ 365-66 ਦੇ ਹਿਸਾਬ ਨਾਲ, ਮਤਲਬ ਲਗਭਗ 94-100 ਰੁਪਇਆ ਇਹਨਾਂ ਦੀ ਸੈਲਰੀ ਬਣ ਮਤਲਬ ਇਹਨਾਂ ਦੇ ਖਾਤੇ 'ਚ ਪਾ ਰਿਹਾ। 16-17 ਸੌ ਰੁਪਇਆ ਇੱਕ ਬੰਦੇ ਦਾ ਉਹ ਖਾ ਰਿਹਾ, ਔਰ ਇਹ 400 ਤੋਂ ਉੱਪਰ ਜਿਹੜੇ ਮੁਲਾਜ਼ਮ ਉੱਥੇ ਕੰਮ ਕਰਦੇ ਆ, ਜਿਹੜੇ ਵਿਚਾਰੇ ਸਫਾਈ ਕਰਮਚਾਰੀ ਉੱਥੇ ਕੰਮ ਕਰਦੇ ਆ, 400 ਪਲੱਸ ਹੈ। ਤੁਸੀਂ ਆਪੇ ਹਿਸਾਬ ਲਾ ਲਓ ਕਿ ਲੱਖਾਂ ਦਾ ਘੁਟਾਲਾ ਉਹ ਠੇਕੇਦਾਰ ਕਰ ਰਿਹਾ ਔਰ ਸਰਕਾਰ ਦੀ ਅੱਖਾਂ 'ਚ ਧੂਲ ਚੌਂਕ ਰਿਹਾ। ਕਿਆ ਇਹਨੂੰ ਮੋਨੀਟਰ ਕਰਨ ਵਾਲਾ ਕੋਈ ਨਹੀਂ ਹੈਗਾ? ਅਸੀਂ ਅੱਜ ਦੂਸਰੇ ਦਿਨ ਇੱਥੇ ਇਕੱਠੇ ਹੋਏ ਹਾਂ, ਸ਼ਨੀਵਾਰ ਇਕੱਠੇ ਹੋਏ ਸੀ, ਅੱਜ ਅਸੀਂ DC ਸਾਹਿਬ ਨੂੰ ਆਪਣਾ ਮੈਮੋਰੈਂਡਮ ਦੇਣਾ, ਔਰ ਅੱਜ ਹੀ ਲੇਬਰ ਕਮਿਸ਼ਨਰ ਆਫ ਇੰਡੀਆ ਦਾ ਜਿਹੜਾ ਵੀ ਇੱਥੇ ਲਾਗੇ ਛਾਗੇ ਦਫ਼ਤਰ ਹੋਏਗਾ ਉਹਦੇ ਵਿੱਚ ਆਪਾਂ ਔਨਲਾਈਨ ਇਹਦੀ ਦਰਖਾਸਤ ਦੇ ਦੇਣੀ ਹੈ ਕਿ ਇਸ ਲੇਬਰ ਨਾਲ ਇਹ ਧੱਕਾ ਹੋ ਰਿਹਾ। ਕੋਈ ਸੁਣਨ ਵਾਲਾ ਨਹੀਂ ਹੈ, ਉਲਟਾ ਇਹਨਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਇਹਨਾਂ ਨੂੰ ਇਹ ਡਰਾਇਆ ਜਾ ਰਿਹਾ ਕਿ ਤੁਹਾਡੇ ਖਿਲਾਫ਼ ਅਸੀਂ ਪਰਚਾ ਦੇ ਦੇਣਾ। ਜਿਹੜਾ ਬੰਦਾ ਆਪਣੇ ਹੱਕ ਦੀ ਗੱਲ ਕਰਦਾ ਪਹਿਲਾਂ ਉਹਨੂੰ ਕਹਿੰਦੇ ਆ ਕਿ ਇਕੱਠੇ ਨਾ ਹੋਵੋ, ਇੱਕ ਬੰਦਾ ਸਾਡੇ ਨਾਲ ਗੱਲ ਕਰੋ, ਜਦੋਂ ਇੱਕ ਬੰਦਾ ਹਿੰਮਤ ਕਰਕੇ ਗੱਲ ਕਰਨ ਵਾਸਤੇ ਉੱਠਦਾ ਉਹਨੂੰ ਬਾਹਰ ਕੱਢ ਦਿੰਦੇ ਆ ਅਤੇ ਬਾਕੀ ਨੂੰ ਅੰਦਰ ਲੈ ਦਿੰਦੇ। ਮਤਲਬ ਸਰਾਸਰ ਧੱਕਾ ਕਰ ਰਿਹਾ ਠੇਕੇਦਾਰ। ਅਸੀਂ ਪ੍ਰਸ਼ਾਸਨ ਅੱਗੇ ਇਹੋ ਹੀ ਸਾਡੀ ਮੰਗ ਹੈ, ਭਾਰਤ ਸਰਕਾਰ ਅੱਗੇ ਇਹੋ ਹੀ ਮੰਗ ਹੈ ਕਿ ਇਹਨਾਂ ਦੀ ਜਿਹੜੀ ਬਣਦੀ ਮਜ਼ਦੂਰੀ ਹੈ ਇਹਨਾਂ ਦੇ ਖਾਤੇ 'ਚ ਪਾਈ ਜਾਏ। ਜਿੰਨਾ ਵੀ ਉਹਨੇ ਧੱਕਾ ਅੱਜ ਤੱਕ ਕੀਤੇ ਦਾ ਉਹ ਧੱਕੇ ਦੇ ਪੈਸੇ ਜਿਹੜੇ ਇਹਨਾਂ ਨੂੰ ਦਵਾਏ ਜਾਣ,
ਔਰ ਕੋਈ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ। ਜੈ ਹਿੰਦ।